ਅਸਲਾਮ ਵਾਲੇਕੁਮ ਜੀ ਐਂਡ ਪਿਆਰਪਰੀ ਸੈਸਟ੍ਰੀ ਕਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਜ਼ਬੀਰ ਵੈਵਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਹਿਰਾ ਜੀ ਹਾਂ ਜੀ ਇਹ ਰਣਜੀਤ ਨਿਗਹਿਰਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆਫ ਦੀ ਮੰਟਿਕਾ ਸਿਟੀ ਕੈਲੀਫੋਰਨੀਆ ਯੂ ਐਸ ਏ ਜਗਤ ਸੰਗਤ ਦੇ ਤავਨ ਦੇ ਨਾਲ ਗੁਰੂ ਘਰਾਂ ਦੀ ਸੇਵਾ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਸ਼ੁਰੂ ਹੋ ਗਈ ਹੈ ਔਰ ਕਾਰ ਸੇਵਾ ਜਿਹੜੀ ਹੈ ਅੱਗੇ ਤੋਂ ਅੱਗੇ ਵਧ ਰਹੀ ਹੈ ਤੇ ਸੰਗਤ ਦਾ ਸੰਯੋਗ ਚਾਹੀਦਾ ਹੈ ਤੁਹਾਡਾ ਸਾਥ ਚਾਹੀਦਾ ਹੈ ਤੇ ਸਾਡੇ ਨਾਲ ਕੁਝ ਲੋਕ ਹੈਲਪਿੰਗ ਹੈਂਡਸ ਨੇ ਜਿਹੜੇ ਕਿ ਕੈਲਵੋ ਕੇ ਇਹਨਾਂ ਗੁਰੂ ਘਰਾਂ ਨੂੰ ਹਾਈਲਾਈਟ ਕਰਨ ਦੇ ਵਿੱਚ ਔਰ ਜਗਤ ਸੰਗਤ ਤੱਕ ਮੈਸੇਜ ਭਜਾਣ ਤੱਕ ਜਿੰਨਾ ਜਿੰਨਾ ਦਾ ਹੱਥ ਹੈ ਉਹਨਾਂ ਦੇ ਵਿੱਚ ਸਾਡੇ ਦੋਸਤ ਜਿਹੜੇ ਨੇ ਮਲਕ ਵਕਾਰ ਸਾਹਿਬ ਨੇ ਰਾਜਾ ਵਕਾਰ ਸਾਹਿਬ ਨੇ ਸੌਰੀ ਔਰ ਨਾਲ ਹੀ ਨਾਲ ਇੱਥੇ ਮਿਰਜ਼ਾ ਸਫਦਰ ਬੇਗ ਸਾਹਿਬ ਵੀ ਨੇ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਬਹੁਤ ਹੀ ਇਹਨਾਂ ਗੁਰੂ ਘਰਾਂ ਨੂੰ ਹਾਈਲਾਈਟ ਕੀਤਾ ਕਿ ਅੱਜ ਇਸ ਗੱਲ ਦੇ ਉੱਤੇ ਨੋਬਤ ਆ ਗਈ ਹੈ ਕਿ ਇੱਥੇ ਦੀ ਕਾਰ ਸੇਵਾ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਆਪਾਂ ਹੋਰ ਤੁਹਾਡੇ ਦਰਮਿਆਨ ਖੱਡੀ ਨਹੀਂ ਬਣਦੇ ਤੇ ਰਾਜਾ ਵਿਕਰਤ ਸਾਬ ਨਾਲ ਗੱਲ ਕਰਦੇ ਆ ਕਿਉਂਕਿ ਇਹਨਾਂ ਦੀ ਵੀ ਬੜੀ ਐਫਰਟ ਹੈ ਇਹਨਾਂ ਹੈਰੀਟੇਜ ਨੂੰ ਹਾਈਲਾਈਟ ਕਰਨ ਵਾਸਤੇ ਪ੍ਰੋਮਿਨੈਂਟ ਕਰਨ ਵਾਸਤੇ ਔਰ ਅੱਗੇ ਵਿਦਾਨਣ ਵਾਸਤੇ ਜੀ ਅਸਲਾਮੁਅਲੈਕੁਮ ਜੀ ਵਾਅਲੈਕੁਮ ਅਸਲਾਮ ਪਾਪਾ ਜੀ ਪਹਿਲਾਂ ਤੇ ਬਹੁਤ ਹੀ ਪਿਆਰ ਭਰਆ ਤੁਹਾਨੂੰ ਅਦਾਬ ਬਹੁਤ ਮੁੱਦਤ ਦੇ ਬਾਅਦ ਅੱਜ ਜਨਾਬ ਦਾ دیدار شریف ਹੋਇਆ ਤੇ ਤੁਹਾਡੀ ਜਿਹੜੀ ਲਾਸਟ ਮੁਲਾਕਾਤ ਸੀ ਮੇਰੀ ਤੁਹਾਡੀ ਅਸੀਂ ਉਦੋਂ ਕਰਤਾਰਪੁਰ ਗਏ ਸੀ ਔਰ ਉੱਥੇ ਜਾ ਕੇ ਅਸੀਂ ਏਰੀਆ ਨੂੰ ਕਵਰ ਕੀਤਾ ਸੀ ਤੁਹਾਡੀ ਮਸਰੂਫੀਅਤ ਬਹੁਤ ਜ਼ਿਆਦਾ ਹੈ ਗਲੋਬਲੀ ਤੁਸੀਂ ਸਾਰੇ ਪਾਸੇ ਕੰਮ ਕਰਦੇ ਹੋ ਤੇ ਮੈਂ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਨਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਜਨਾਬ ਦੀ ਬੜਾ ਸ਼ੁਕਰੀਆ ਜਨਾਬ ਨੇ ਅੱਜ ਇਸੇ ਮੌਕਾ ਦਿੱਤਾ ਕਿ ਉਸ ਆਪਣੇ ਸ਼ਹਿਰ ਦੇ ਵਿੱਚ ਜਿਸ ਕਾਰਜ਼ ਦੇ ਵਾਸਤੇ ਇੱਕ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਕੋਈ ਅਰਸਾ 8-10 ਸਾਲ ਲੱਗ ਗਏ ਮੇਰਾ ਕਹਿਣੇ ਦਾ ਇੱਥੇ ਇੱਕ ਪੁਆਇੰਟ ਸੀ ਕਿ ਅਸੀਂ ਕਿਸੇ ਦੀ ਵੀ ਕਿਸੇ ਦੇ ਮذਬਬ ਦੀ ਮਸਬੀ ਜਗਾ ਨੂੰ ਜਿੰਨੀ ਦੇਰ ਤੱਕ ਪ੍ਰਿਜ਼ਰਵ ਨਹੀਂ ਕਰਾਂਗੇ ਉਸ ਦੇ ਮذਬਬ ਦਾ ਇਤਰਾਮ ਨਹੀਂ ਕਰਾਂਗੇ ਸਾਡਾ ਮਜ਼ਬ ਏ ਜਿਹੜਾ ਇਸਲਾਮ ਹੈ ਉਹ 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 ਕੰਪਲੀਟ ਨਹੀਂ ਹੁੰਦਾ ਅਸੀਂ ਆਪਣਾ ਮਜ਼ਬ ਵੀ ਸਾਡਾ ਇਸਲਾਮ ਹੀ ਉਸ ਵਕਤ ਕੰਪਲੀਟ ਹੁੰਦਾ ਜਿਸ ਵਕਤ ਅਸੀਂ ਕਿਸੇਰੇ ਦੂਸਰੇ ਮਜ਼ਬ ਦਾ ਇਤਰਾਮ ਕਰਨੇ ਆ ਗੋ ਕੇ ਇਸ ਗੁਰਦੁਆਰੇ ਦੇ ਵਿੱਚ ਪਿਛਲੇ 3 40 ਸਾਲ ਤੋਂ ਪੁਲਿਸ ਇਨਵੈਸਟੀਗੇਸ਼ਨ ਸੈਲ ਕਾਇਮ ਸੀ ਮੈਂ ਕਿਉਂਕਿ ਇੱਥੇ ਦਾ ਲੋਕਲ ਇੱਕ ਜਰਨਲਿਸਟਾਂ ਪਿਛਲੇ 15-20 ਸਾਲ ਤੋਂ ਮੈਂ ਸਹਾਫਤ ਦੇ ਨਾਲ ਮੌਸਲੀ ਕਰੰ ਤੇ ਮੈਂ ਹਰ ਪਲੇਟਫਾਰਮ ਦੇ ਉੱਪਰ ਇਸ ਚੀਜ਼ ਦੀ ਆਵਾਜ਼ ਉਠਾਈ ਸਾਡੇ ਜੇਲਮ ਦੇ ਹੁਣ ਜਿਹੜੇ ਡੀਸੀ ਨਾ rau parvez akhtar ਸਾਹਿਬ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਫਿਰ ਅਸਾਂ ਇੱਕ ਤੁਹਾਡੀ ਜਿਹੜੀ ਐਨਜੀ ਹੈ ਰਣਜੀਤ ਨਗਾਰਾ ਐਨਜੀਓ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕੀਤੀ ਇਹਦੇ ਨਾਲ ਵੈਕਿਊਟਰਸ ਦੇ ਸੈਕਟਰੀ ਸਾਹਿਬਨ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਕੁਝ ਸਮਾਂ ਲੱਗਿਆ ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਇਸ ਗੁਰਦੁਆਰੇ ਦੀ ਸਾਨੂੰ ਸੇਵਾ ਦੀ ਸਾਨੂੰ ਇਜਾਜ਼ਤ ਮਿਲੀ ਔਰ ਜੇਲਮ ਦੇ ਵਾਸਤੇ ਬੜੀ ਇਜ਼ਾਜ਼ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਕਿ ਜੇਲਮ ਦੇ ਮਿਡਲ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਬੜਾ ਰਿਚ ਹਿਸਟਰੀ ਦਾ ਗੁਰਦੁਆਰਾ ਵਾਪਸ ਆਪਣੀ ਉਸੇ ਪੋਜੀਸ਼ਨ ਦੇ ਵਿੱਚ ਵਾਪਸ ਆਣ ਲੱਗਾ ਹੈ ਜੇਲਮ ਸ਼ਹਿਰ ਦੇ ਵਿੱਚ ਸਿੱਖ ਸੰਗਤਾਂ ਹੈ ਹੀ ਕੋਈ ਨਹੀਂ ਇੱਕ ਨਵੀਂ ਰਿਲੀਜੀਅਸ ਸਾਡੇ ਸ਼ਹਿਰ ਦੇ ਵਿੱਚ ਇੰਟਰਡਿਊਸ ਹੋਏਗੀ ਔਰ ਇਸ ਦੇ ਵਿੱਚ ਜਿਸਲੇ ਸਾਡੇ ਸ਼ਹਿਰ ਦੇ ਵਿੱਚੋਂ ਸਾਰੇ ਸ਼ਹਿਰ ਦੇ ਵਿੱਚੋਂ ਕ੍ਰਾਸ ਕਰਕੇ ਇਹ ਸੰਗਤਾਂ ਸ਼ਹਿਰ ਦੇ ਵਿੱਚ ਆਵਨ ਗਈਆਂ ਤੇ ਸਾਡੀ ਇਹ ਜਿਹੜੀ ਐਫਰਟ ਹੈ ਹਰ ਬੰਦੇ ਦੀ ਨਜ਼ਰ ਦੇ ਵਿੱਚ ਆਏਗੀ ਕਿਉਂਕਿ ਸਿੱਖ ਦੀ ਜਿਹੜੀ ਪਗੜੀ ਹੈ ਉਹਦੀ ਪਹਿਚਾਨ ਹੈ ਔਰ ਸਾਡੇ ਸ਼ਹਿਰ ਦੇ ਵਿੱਚ ਇੱਕ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਇੱਕ ਪਗੜੀ ਦੇ ਨਾਲ ਇਹ ਸ਼ਹਿਰ ਦੇ ਪੂਰੇ ਸ਼ਹਿਰ ਦੇ ਦਰਸ਼ਨ ਕਰਦੇ ਇੱਥੇ ਪਹੁੰਚਣਗੇ ਤੇ ਸਾਡੇ ਸ਼ਹਿਰ ਦਾ ਮਕਸਦ ਵੀ ਇਹ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਲੋਕ ਆ ਕੇ ਆਪਣੀ ਮذਬੀ ਜਗ੍ਹਾ ਨੂੰ ਦੇਖਣ ਉਹਦੀ ਸੇਵਾ ਕਰਨ ਬਹੁਤ ਪੁਰਾਣਾ ਗੁਰਦੁਆਰਾ ਦਰਿਆ ਦੇ ਕੰਢੇ ਉੱਪਰ ਗੁਰਦੁਆਰਾ ਹੈ ਔਰ ਇਸੇ ਗੁਰਦੁਆਰੇ ਦੇ ਨਾਲ ਹੀ ਸਾਡੀ ਅੱਗੇ ਇੱਕ ਬੜੀ ਰਿਚ ਹਿਸਟਰੀ ਦੀ ਬੜੀ ਤਾਰੀਖੀ ਮਸਜਿਦ ਹੈ ਉਹ ਉਸ ਨੂੰ ਵੀ ਅਸੀਂ ਇਸ ਗੁਰਦੁਆਰੇ ਦੇ ਦਰਿਆ ਵਾਲੇ ਕੰਡੇ ਦੇ ਨਾਲ ਮਿਲਾ ਕੇ ਉਸ ਦੀ ਵੀ ਸੇਵਾ ਸ਼ੁਰੂ ਕਰਨ ਲੱਗੇ ਆ ਉਸ ਨੂੰ ਵੀ ਸਾਫ਼ ਕਰਨ ਲੱਗੇ ਆ ਤੇ ਅਸੀਂ ਦੋ ਤਿੰਨ ਮਸਬਾਂ ਨੂੰ ਨਾਲ ਮਿਲਾ ਕੇ ਇੱਥੇ ਕਬੂਰੀ ਗਲੋਬਲੀ ਦੁਨੀਆ ਨੂੰ ਇੱਕ ਪੈਗਾਮ ਦੇਾਂਗੇ ਕਿ ਸਾਡਾ ਜਿਹੜਾ ਸ਼ਹਿਰ ਹੈ ਸਾਹ ਵੀ ਇੱਕ ਮੰਦਿਰ ਵੀ ਤੇ ਇੱਥੇ ਨਜ਼ਦੀਕ ਹੈ ਜੀ ਇਸ ਦੇ ਨਾਲ ਇੱਕ ਅੱਗੇ ਇੱਕ ਮੰਦਿਰ ਹੈ ਸ਼ਿਵਾਲਾ ਜਿਹੜਾ ਹੈ ਜੀ ਬੇ ਕੋਈ ਸ਼ਿਵਾਲਾ ਹੈ ਵਾ ਤੇ ਅੱਗੇ ਥੋੜਾ ਜਿਹਾ ਦਰਿਆ ਦੇ ਇਹ ਬ੍ਰਿਜ ਕ੍ਰਾਸ ਕਰੋ ਤੇ ਤੁਹਾਨੂੰ ਇਸ ਦਰਿਆ ਦੇ ਕੰਡੇ ਦੇ ਉੱਪਰ ਇੱਕ ਚਰਚ ਵੀ ਨਜ਼ਰ ਆਉਂਦਾ ਹੈ ਆਈ ਸੀ ਇੱਕ ਮਤਲਬ ਕਿ ਥੋੜੇ ਜਿਹੇ ਫਾਸਲੇ ਦੇ ਜੀ ਥੋੜੇ ਥੋੜੇ ਫਾਸਲੇ ਦੇ ਉੱਪਰ ਅੱਜ ਤੋਂ 70 ਸਾਲ 75 ਸਾਲ ਪਹਿਲਾਂ ਇੱਥੇ ਸਾਰੇ ਮਜ਼ਬ ਇਕੱਠੇ ਵਸਦੇ ਸਨ ਜੇਲਮ ਦੀ ਤਾਰੀਖ ਕਿਉਂਕਿ ਜੇਲਮ ਜ਼ਿਲ੍ਹਾ ਜੇਲਮ ਦੇ ਦੋ ਪ੍ਰਾਈਮ ਮਿਨਿਸਟਰ ਹਨ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਹੋਏ ਨੇ ਇੰਦਰ ਕੁਮਾਰ ਗੁਜਰਾਤ ਸਾਹਿਬ ਤੇ ਮਨਮੋਨ ਸਿੰਘ ਜੀ ਉਹ ਵੀ ਜੇਲਮ ਦੇ ਵਿੱਚ ਰਹੇਨ ਵਾਜਪਾਈ ਸਾਹਿਬ ਦਾ ਜਿਹੜੇ ਪ੍ਰਾਈਮ ਹੈਸ ਐਪੋਜੀਸ਼ਨ ਲੀਡਰ ਉਹ ਵੀ ਕਦੇ ਜੇਲਮ ਦੇ ਇੱਥੇ ਜੇਲਮ ਤਾਰੀਖ ਦੇ حوالے ਨਾਲ ਬੜੀ ਰਿਚ ਹਿਸਟਰੀ ਹੈ ਤੇ ਮੈਂ ਰਣਜੀਤ ਨਗਾਰਾ ਐਨ ਜੀਓ ਨੂੰ ਐਪਰੀਸ਼ੀਏਟ ਕਰਨਾ ਕਿ ਉਹਨਾਂ ਜੇਲਮ ਨੂੰ ਫੋਕਸ ਕੀਤਾ ਉਹਨਾਂ ਨੇ ਬਹੁਤ ਵੱਡਾ ਕੰਮ ਗੁਰਦੁਆਰਾ ਭਾਈ ਜਿਹੜਾ ਚੋਆ ਸਾਹਿਬ ਹੈ ਉਦੀ ਕਾਰ ਸੇਵਾ ਸ਼ੁਰੂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਜਨਮ ਅਸਥਾਨ ਮਾਤਾ ਸਾਹਿਬ ਦੇ ਉੱਪਰ ਕੰਮ ਕੀਤਾ ਤੇ ਅੱਜ ਮੇਰੇ ਸ਼ਹਿਰ ਦੇ ਦਿਲ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਇੱਕ ਕੰਮ ਸ਼ੁਰੂ ਕੀਤਾ ਇਹ ਉਹਨਾਂ ਨੂੰ ਦਵਾਵਾਂ ਤੇ ਲੜੜੀਆਂ ਲੇਕਿਨ ਉਹਨਾਂ ਨੇ ਆਣੇ ਵਾਲੀ نسلਾਂ ਵੀ ਉਹਨਾਂ ਨੂੰ ਦਵਾਵਾਂ ਦੇਂਦੀਆਂ ਰਹਿਣਗੀਆਂ ਕਿ ਇਹ ਗੁਰਦੁਆਰਾ ਵਾਪਸ ਆਪਣੀ ਅਸਲ ਹਾਲਤ ਦੇ ਵਿੱਚ ਬਹਾਲ ਹੋਏਗਾ ਉਹਦੇ ਨਾਲ ਸਾਨੂੰ ਹੀ ਦਿਲਾਂ ਨੂੰ ਸਕੂਨ ਹੋਏਗਾ ਕਿ ਅਸਾਂ ਨੇ 8-10 ਸਾਲ ਜਿਹੜੀ ਮਿਹਨਤ ਕਰਕੇ ਇਸ ਨੂੰ ਅਸਾਂ ਹਾਈਲਾਈਟ ਹਾਈਲਾਈਟ ਕੀਤਾ ਹਰ ਪਲੇਟਫਾਰਮ ਦੇ ਉੱਪਰ ਇਹਦੇ ਵਾਸਤੇ ਜਾ ਕੇ ਸਟਰਗਲ ਕੀਤੀ ਔਰ ਅੱਗੇ ਤੁਹਾਡੇ ਨਾਲ ਮੁਲਾਕਾਤ ਹੋਈਏ ਤੇ ਕਹਿ ਰਹੇ ਆ ਕਿ ਖਾਬ ਅਸਰਮ ਵੀ ਪੂਰੇ ਹੁੰਦੇ ਦੇਖ ਕੇ ਕਿ ਮਿਹਨਤ ਕਰਨੀ ਪਈ 8-10 ਸਾਲ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਬੀਆਂ ਕੁਝ ਮਾਇਨਸ ਹੋਈਆਂ ਕੁਝ ਪੋਜ਼ਿਟਿਵ ਹੋਈਆਂ ਲੇਕਿਨ ਉਹਦਾ ਸਿਲਾਏ ਮਿਲ ਗਿਆ ਕਿ ਅੱਜ ਦੁਨੀਆ ਚ ਦੁਨੀਆ ਚ ਭੈਣ ਭਰਾ ਸਾਨੂੰ ਦੁਆ ਦੇਣੇ ਜੋ ਅੱਗੇ ਹੋ ਗਏ ਨੇ ਕਿ ਜਿਹੜਾ ਰਾਜਾ ਵਕਾਰ ਨੇ ਕੰਮ ਸ਼ੁਰੂ ਕੀਤਾ ਸੀ ਅੱਜ ਉਹ ਕਿਸੇ ਬੇੜੇ ਲੱਗਣ ਲਗਾ ਜੀ ਬਿਲਕੁਲ ਐ ਸਾਹਿਬ ਦੁਆਵਾਂ ਤੇ ਜਿਹੜੀਆਂ ਨੇ ਡੈਫੀਨੇਟਲੀ ਚੰਗਾ ਕਰਮ ਕੋਈ ਵੀ ਕਰੇਗਾ ਤਾਂ ਉਹਦੇ ਪਿੱਛੇ ਜਿਹੜੀਆਂ ਨੇ ਦੁਆਵਾਂ ਉਹ ਤੇ ਹੁੰਦੀਆਂ ਹੀ ਨੇ ਔਰ ਮੈਂ ਕਹਾਂਗਾ ਕਿ ਇਸ ਗੱਲੋਂ ਰਣਜੀਤ ਨਿਗਾਰਾ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਮੈਂ ਕਹਾਂਗਾ ਕਿ ਸਭ ਤੋਂ ਜ਼ਿਆਦਾ ਰੱਬ ਨੇ ਉਹਨੂੰ ਰਿਸਪੈਕਟ ਦਿੱਤੀ ਕਿ ਉਹਨਾਂ ਨੇ ਇਹ ਵਾਲੇ ਪੋਰਸ਼ਨ ਨੂੰ ਜਿਹੜਾ ਕਿ ਬਿਲਕੁਲ ਨੈਗਲੈਕਟਡ ਏਰੀਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਅਰਬਨਾਈਜੇਸ਼ਨ ਚ ਨਹੀਂ ਹੈ ਜਿਸਾ ਕਿ ਲਾਹੌਰ ਹੈ ਜਾਂ ਪੰਜਾਬ ਸਾਹਿਬ ਹੈ ਨਨਕਾਣਾ ਸਾਹਿਬ ਹੈ ਤੇ ਪੂਰੀ ਜਗਤ ਸੰਗਤ ਦਾ ਫੋਕਸ ਜਿਹੜਾ ਹੈ ਉਹਨਾਂ ਦੇ ਉੱਤੇ ਹੈ ਬਟ ਇਹਨਾਂ ਜਗ੍ਹਾ ਨੂੰ ਧਿਆਨ ਜਿਹੜਾ ਉਹ ਕਿਸੇ ਦਾ ਵੀ ਨਹੀਂ ਜਾਂਦਾ ਔਰ ਕਿਸੇ ਦਾ ਵੀ ਨਹੀਂ ਆਉਂਦਾ ਕਿ ਇੱਥੇ ਵੀ ਕਿਉਂਕਿ ਜਦੋਂ ਮੈਨੂੰ ਯਾਦ ਹੈ 2004 ਦੇ ਵਿੱਚ ਮੈਂ ਗੁਰਦੁਆਰਾ ਵਿਜ਼ਿਟ ਕੀਤਾ ਤੇ ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਸਿੱਖਾਂ ਦਾ ਗੁਰਦੁਆਰਾ ਕੋਈ ਇੱਥੇ ਵੀ ਹੋ ਸਕਦਾ ਕਿਉਂਕਿ ਬਚਪਨ ਸੀ ਐਸ ਕਰਕੇ ਮੈਂ ਵਰਡਿੰਗ ਯੂਜ਼ ਕਰ ਰਿਹਾ ਹਾਂ ਕਿ ਕਦੀ ਇੱਥੇ ਵੀ ਹੋ ਸਕਦਾ ਇੰਨਾ ਸ਼ਹਿਰਾਂ ਚ ਵਿੱਚ ਵੀ ਲੋਕ ਰਹਿੰਦੇ ਸਨ ਲੇਕਿਨ ਲਾਹੌਰ ਤੋਂ ਬਾਹਰ ਨਿਕਲ ਕੇ ਬੰਦਾ ਵੱਡੇ ਸ਼ਹਿਰ ਚੋਂ ਬਾਹਰ ਨਿਕਲ ਕੇ ਛੋਟੇ ਸ਼ਹਿਰਾਂ ਚ ਜਦੋਂ ਦੇਖਦਾ ਤੇ ਉੱਥੇ ਵੀ ਬਹੁਤ ਕੁਝ ਹੈ ਬਾਬਾ ਜੀ ਤੁਹਾਡੀ ਬੜੀ ਵੱਡੀ ਤਾਰੀਖ ਹੈ ਤੁਸੀਂ ਬੜੇ ਰਿਸਰਚ ਰੱਖਦੇ ਹੋ ਉੱਪਰ ਵਾਲੇ ਪੰਜਾਬ ਤੇ ਥੱਲੇ ਵਾਲੇ ਪੰਜਾਬ ਦੀ ਤੁਸੀਂ ਨੇ ਇੱਕ ਅਰਸਾ گزار ਦਿੱਤਾ ਹੈ ਇਸ ਕੰਮ ਦੇ ਜੇਲਮ ਬੜਾ ਹਿਸਟਰੀ ਦੇ ਮਾਮਲੇ ਵਿੱਚ ਰਿਚ ਹੈ ਇਥੋਂ ਇਹ ਜਿਹੜਾ ਕਿਨਾਰਾ ਸੀ ਅਰਸਤੂ ﺍﻟबैरूनी ਨੇ ਕਹਾ ਕਿ ਦਰਿਆ ਦੇ ਕਿਨਾਰੇ ਦੇ ਉੱਪਰ ਇੱਕ ਬੜਾ ਛੋਟਾ ਜਿਹਾ ਸ਼ਹਿਰ ਹੈ ਲੇਕਿਨ ਇੰਤਹਾਈ ਖੂਬਸੂਰਤ ਸ਼ਹਿਰ ਹੈ ਬਿਊਟੀਫੁਲ ਇਹ ਇੱਕ ਤੱਕ ਕਸ਼ਮੀਰ ਦੀ ਸਾਰੀ ਲੱਕੜ ਇੱਥੇ ਦਰਿਆ ਤੇ ਆਉਂਦੀ ਸੀ ਔਰ ਜਿਹੜੇ ਸ਼ਿਪ ਚੱਲਦੇ ਸਨ ਉਹ ਸੋਧਿਆ ਜਾਂਦੇ ਸਨ ਤੇ ਉਹ ਕਸ਼ਮੀਰ ਇਸ ਦਰਿਆ ਦੇ ਰਸਤੇ ਤੋਂ ਜਾਂਦੇ ਹੁੰਦੇ ਸਨ ਤੇ ਇਹ ਮੈਦਾਨੀ ਇਲਾਕਾ ਕਸ਼ਮੀਰ ਤੋ ਲੈ ਕੇ ਤੁਹਾਡਾ ਇਹ ਪਹਿਲਾ ਜੇਲਮ ਆਂਦਾ ਸੀ ਜਿਹੜਾ ਮੈਦਾਨੀ ਇਲਾਕਾ ਹੁੰਦਾ ਸੀ ਤੇ ਆਉਣੇ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਇਲਾਕਾ ਫੇਰ ਆਬਾਦ ਹੋਣ ਜਾ ਰਿਹਾ ਹੈ ਚਾਈਨਾ ਕੋਲਿਡੋਰ ਦਾ ਵੀ ਕੋਈ ਸਿਲਸਿਲਾ ਚੱਲ ਰਿਹਾ ਹੈ ਕੁਝ ਇੱਥੇ ਕੋਲਿਡੋਰ ਦੇ ਰਸਤੇ ਵੀ ਆ ਗਏ ਤੇ ਕੁਝ ਐਵੋ ਜੀਆਂ ਤੁਹਾਡੇ ਜੇ ਬੜੇ-ਬੜੇ ਵੱਡੀਆਂ ਐਨ ਜੀਓਜ਼ ਆ ਗਈਆਂ ਜਿਨ੍ਹਾਂ ਨੇ ਪੂਰਾ ਪਲਾਨ ਬਣਾਇਆ ਕਿ ਜੇਲਮ ਨੂੰ ਇੱਕ ਵਾਰੀ ਫੇਰ ਉਠਾ ਕੇ ਆਪ ਲਿਫਟ ਕਰਕੇ ਦੁਬਾਰਾ ਆਪਣੇ ਜਿਹੜੇ ਰਿਲੀਜੀਅਸ ਪੁਆਇੰਟਸ ਹਨ ਉਹਨਾਂ ਉੱਪਰ ਵਿਜ਼ਿਟ ਕਰਾਈਏ ਤੇ ਉਹਦੇ ਵਿੱਚ ਤੁਹਾਡਾ ਬੜਾ ਵੱਡਾ ਕਿਰਦਾਰ ਹੈ ਕਿ ਤੁਸੀਂ ਮੁਸلسل ਇੱਕ ਆਪਣੇ ਇਸ ਕੰਮ ਦੇ ਉੱਪਰ ਲੱਗੇ ਰਹੇ ਔਰ ਜਿਹੜੀ ਜਿਹੜੀ ਜਗ੍ਹਾ ਦੇਖਿਆ ਤੁਸੀਂ ਨੇ ਕਿ ਇੱਥੇ ਵੀ ਕੋਈ ਇਤਿਹਾਸ ਹੈ ਵਾ ਤੇ ਤੁਸੀਂ ਉਹਨੂੰ ਡਾਕੂਮੈਂਟਸ ਕਰਨੇ ਦੀ ਕੋਸ਼ਿਸ਼ ਕੀਤੀ ਮੈਂ ਇੱਕ ਮਾਮੂਲੀ ਜਿਹਾ ਸਾਫੀ ਆ ਮੈਂ ਤੁਹਾਡਾ ਬੜਾ ਇਸ ਚੀਜ਼ ਤੇ ਮਮਨੂਨ ਆ ਕਿ ਮੈਂ ਪਹਿਲਾਂ ਸਾਫਤ ਹਿਸਟੋਰੀਕਲ ਚੀਜ਼ਾਂ ਤੇ ਕਰਦਾ ਸੀ ਲੇਕਿਨ ਤੁਸੀਂ ਜਿਸ ਲਈ ਮੈਨੂੰ ਗੁਰਦੁਆਰਾ ਚੋਆ ਸਾਹਿਬ ਫੋਟੋ ਸ਼ੂਟ ਤੇ ਲੈ ਕੇ ਗਏ ਤੇ ਮੇਰੀ ਜ਼ਿੰਦਗੀ ਹੀ ਬਦਲ ਗਈ ਮੈਂ ਆਪਣੇ ਸ਼ਹਿਰ ਦੇ ਮੈਨਮਨਟਸ ਦੇ ਰੋਇਆ ਕਿ ਇਹ ਇਤਨੀਆਂ ਨੈਗਲੈਕਟ ਚੀਜ਼ਾਂ ਤੇ ਅਸੀਂ ਇਤਨੇ ਬੇਖਬਰ ਆ ਤੇ ਮੈਂ ਉਸ ਦੇ ਵਾਸਤੇ ਵੀ ਤੁਹਾਨੂੰ ਸਲਾਮ ਪੇਸ਼ ਕਰਨਾ ਕਿ ਤੁਸੀਂ ਨੇ ਇੱਕ ਐਸੇ ਕਾਸ ਦੇ ਪਿੱਛੇ ਮੈਨੂੰ ਲਾਇਆ ਜਿਹਦੇ ਵਿੱਚ ਅੱਜ ਡਬਲ ਮਿਹਨਤ ਇੱਕ ajo ਕੰਮ ਹੁੰਦਿਆਂ ਸ਼ੁਰੂ ਦੇਖ ਰਿਹਾ ਤੇ ਇੱਕ ਤੁਹਾਡੇ ਨਾਲ ਮੁਲਾਕਾਤ ਹੋ ਗਈ ਪਾਬਾ ਜੀ ਇਸ ਗੱਲ ਤੇ ਵੀ ਮੈਂ ਤੁਹਾਨੂੰ ਸਲੂਟ ਕਰਨਾ ਕਿ ਤੁਸੀਂ ਆਪਣੇ ਕੰਮ ਦੇ ਨਾਲ ਆਪਣੇ ਕੰਮ ਦੇ ਨਾਲ ਤੁਸੀਂ ਗਲੋਬਲੀ ਦੁਨੀਆ ਨੂੰ ਮਨਵਾਇਆ ਕਿ ਕੰਮ ਕਰੋ ਤੇ ਕੰਮ ਦੇ ਰਿਵਾਰਡ ਵੀ ਮਿਲਦੇ ਨੇ ਅਸਾਂ ਤੁਹਾਡੇ ਫਾਲੋਅਰਾਂ ਤੁਹਾਨੂੰ ਦੇਖ ਕੇ ਪਿੱਛੇ ਕੰਮ ਕੀਤਾ ਔਰ ਇਹ ਦੇਖਿਆ ਕਿ ਅਗੂ ਜਾ ਕੇ ਜਿਸ ਲਈ ਬੰਦਾ ਇੱਕ ਨiyet ਲੈ ਕੇ ਕੰਮ ਕਰਨਾ ਸ਼ੁਰੂ ਕਰਦਾ ਤੇ ਰੱਬ ਵੀ ਉਹਦੀ ਪਾਮ ਫੜਦਾ ਤੇ ਨਾਲ ਇਹਦੇ ਪਿੱਛੇ ਹੁੰਦਾ ਕਿ ਭੈਣ ਭਰਾ ਜਿਹੜੇ ਤੁਹਾਨੂੰ ਦੁਆ ਦਿੰਦੇ ਉਹ ਉਹ ਤੁਹਾਡਾ ਕਹਦਾ ਬਹੁਤ ਵੱਡਾ ਅਹਿਸਾਸਾ ਹੁੰਦਾ ਜਿਹਦੇ ਨਾਲ ਤੁਸੀਂ ਕਿਸੇ ਵੀ ਨਾ ਮੁਮਕਿਨ ਤੇ ਮੇਰੇ ਦੋਸਤ ਯਾਰ ਜਿਹੜੇ ਇਨਾ ਪੁਲਿਸ ਸਟੇਸ਼ਨਾਂ ਦੇ ਵਿੱਚ ਜਾਬਾਂ ਕਰਦੇ ਸਨ ਤੇ ਮੇਰੇ ਤੇ ਹਸਦੇ ਹੁੰਦੇ ਸਨ ਬਿਲਕੁਲ ਮੇਰਾ ਮਜ਼ਾਕ ਉਡਾਂਦੇ ਸਨ ਕਿ ਤੂੰ ਇੱਕ ਪੁੱਠਾ ਜਿਹਾ ਕੰਮ ਕਰ ਰਿਹਾ ਲੇਕਿਨ ਅੱਜ ਦੇਖੋ ਅੱਲਾ ਉਹਨਾਂ ਨੂੰ ਇਲਮੀਆਂ ਡ੍ਰੀਮ ਕਮ ਟੂ ਡ੍ਰੀਮ ਕਮ ਟੂ ਜੀ ਇਹ ਸਾਰਾ ਕੁਝ ਮੈਂ ਕਹਾਂਗਾ ਜਿਹੜੀਆਂ ਵੀ ਦੁਆਵਾਂ ਨੇ ਇਹ ਅੱਲਾ ਇਹ ਦੁਆਵਾਂ ਮੇਰੀ ਮਾਂ ਨੂੰ ਲਾਵੇ ਆਮੀਨ ਜੀ ਆਮੀਨ ਜੀ ਦੇਖੋ ਜੀ ਮਾਵਾਂ ਦੀ ਦਿੱਤੀ ਹੋਈ ਤਰਬੀਅਤ ਹੀ ਜਿਹੜੀ ਹੈ ਉਹ ਇਨਸਾਨ ਨੂੰ ਅੱਗੇ ਲੈ ਕੇ ਆਉਂਦੀ ਹੈ ਉਰ ਮਾਵਾਂ ਹੀ ਜਿਹੜੀਆਂ ਨੇ ਪਹਿਲਾ ਸਬਕ ਕੀ ਕਹਿੰਦੇ ਨੇ ਮਾਂ ਦੀ ਕੁੱਖ ਜਿਹੜੀ ਹੈ ਉਹ ਪਹਿਲਾ ਸਕੂਲ ਹੁੰਦਾ ਜਿੱਥੇ ਕਿ ਝੋਲੀ ਚ ਪਾ ਕੇ ਮਾਂ ਜਦੋਂ ਸਬਕ ਦਿੰਦੀ ਹੈ ਚੰਗਿਆਈ ਔਰ ਮੰਦਿਆਈ ਇਨਸਾਨ ਦੇ ਅੰਦਰ ਉਸੇ ਵੇਲੇ ਹੀ ਵੜਨੀ ਸ਼ੁਰੂ ਹੋ ਜਾਂਦੀ ਹੈ ਸੋ ਆਉਣ ਵਾਲੀ ਪੀੜ੍ਹੀ ਵਾਸਤੇ ਜਿਸ ਤਰ੍ਹਾਂ ਕਿ ਗੱਲ ਕੀਤੀ ਜਾ ਰਹੀ ਹੈ ਕਿ ਆਪਾਂ ਰਜੀਤ ਨਿਗਾਰਾ ਦੇ ਸਾਡੇ ਜਿਹੜੇ ਹੈੱਡ ਨੇ ਸਤਪ੍ਰੀਤ ਸਿੰਘ ਥੋੜੇ ਦਿਨ ਪਹਿਲੇ ਇੱਕ ਟੀਵੀ ਇੰਟਰਵਿਊ ਦੇ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਸੀ ਮੈਂ ਉਸ ਪ੍ਰੋਗਰਾਮ ਨੂੰ ਤਿੰਨ ਵਾਰੀ ਰਿਪੀਟ ਕਰਕੇ ਸੁਣਿਆ ਕਿ ਮੈਂ ਇਹ ਕੁਝ ਆਪਣੇ ਲਈ ਨਹੀਂ ਕਰ ਰਿਹਾ ਕੋਈ ਨਾਮ ਲਈ ਨਹੀਂ ਕਰ ਰਿਹਾ ਲੇਕਿਨ ਮੈਂ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਆਪਣੀ ਆਉਣ ਵਾਲੀ ਜਿਹੜੀ ਪੰਜਾਬੀ ਨਸਲ ਹੈ ਉਹਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਵੱਡੇ ਜਿਹੜੇ ਨੇ ਉਹ ਆਪਣੇ ਇਤਿਹਾਸ ਨੂੰ ਕਿਸ ਤਰੀਕੇ ਨਾਲ ਪ੍ਰੀਜ਼ਰਵ ਕਰ ਗਏ, ਸੇਵ ਕਰ ਗਏ ਔਰ ਉਸੇ ਹਾਲਤ ਵਿੱਚ ਕਰਕੇ ਗਏ ਜਿਹੜਾ ਕਿ ਸੰਗਤ ਨੇ 47 ਤੋਂ ਪਹਿਲੇ ਹਾਲਤ ਰੱਖੀ ਹੋਈ ਸੀ ਇੱਕ ਬਹੁਤ ਵੱਡਾ ਕਾਰਜ ਹੈ ਕਿਸੇ ਜਗ੍ਹਾ ਦੀ ਕਾਰ ਸੇਵਾ ਕਰ ਲੈਣਾ ਵੱਡੀ ਗੱਲ ਨਹੀਂ ਹੈਗੀ ਕਾਰ ਸੇਵਾ ਕਰਨੀ ਉਸ ਹਾਲਤ ਵਿੱਚ ਕਰਨੀ ਕਿ ਜਿਹਦੇ ਵਿੱਚ ਤੁਸੀਂ ਬਿਲਕੁਲ origignal ਹਾਲਤ ਵਿੱਚ ਪ੍ਰੀਜ਼ਰਵ ਕਰੋ, ਚੀਜ਼ ਨੂੰ ਰੀਸਟੋਰ ਕਰੋ। ਜਿਹਦੇ ਵਿੱਚ ਆਲਰੇਡੀ ਜਿਸ ਮਟੀਰੀਅਲ ਦੇ ਵਿੱਚ ਬਿਲਡਿੰਗ ਬਣੀ ਹੋਵੇ ਤੇ ਮੈਂ ਕਹਾਂਗਾ ਕਿ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਦੇਖੋ ਇੱਕ ਦੂਜੇ ਤੋਂ ਇਨਸਪਾਇਰੇਸ਼ਨ ਮਿਲਦੀ ਹੈ ਮੈਂ ਵੀ ਬੜੀਆਂ ਗੱਲਾਂ ਭੈਣ ਕਿਲੋਂ ਵੱਡੇ ਭਾਈ ਕਿਲੋਂ ਜੜੀਆਂ ਨੇ ਉਹ ਸਿੱਖੀਆਂ ਨੇ ਸਾਡੇ ਦੋਸਤ ਨੇ ਜੇਲਮ ਦੇ ਮਿਰਜ਼ਾ ਸਫਦਰ ਬੇਗ ਸਾਹਿਬ ਉਹਨਾਂ ਕੋਲੋਂ ਵੀ ਬੜਾ ਸਿੱਖਿਆ ਮੈਂ ਤਾਂ ਪਲ-ਪਲ ਮੇਰੇ ਕੋਲੋਂ ਜਿਹੜਾ ਕੋਈ ਛੋਟਾ ਚਾਹੇ ਵੱਡਾ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਉਸ ਬੰਦੇ ਕੋਲੋਂ ਚੰਗੀਆਂ ਗੱਲਾਂ ਜੜੀਆਂ ਨੇ ਉਹ ਸਿੱਖੀਆਂ ਜਾਏ ਤੇ ਇਹਨਾਂ ਦਾ ਬਹੁਤ ਪਿਆਰ ਹੈ ਜਿਹੜੀ ਇੰਨੀ ਵਰਡਿੰਗ ਕਹੀ ਹੈ ਇਹਨਾਂ ਦੀ ਮੰਨਦੀ ਹੈ ਮੈਂ ਨਹੀਂ ਮੰਨਦਾ ਕਿ ਮੈਂ ਕੋਈ ਐਡਾ ਵੱਡਾ ਕੰਮ ਕੀਤਾ ਠੀਕ ਹੈ ਜੀ ਮੇਰਾ ਇੱਕ ਪੈਸ਼ਨ ਹੈ ਮੈਂ ਉਸ ਪੈਸ਼ਨ ਦੇ ਤਹਿਤ ਚੱਲਿਆ ਜਾ ਰਿਹਾ ਹਾਂ ਵਨ ਡਿਕਟ ਮੇਰਾ ਪੂਰਾ ਹੋ ਗਿਆ 10 ਸਾਲ ਮੇਰੇ ਪੂਰੇ ਹੋ ਗਏ ਨੇ 11ਵਾਂ ਸਾਲ ਮੇਰਾ ਸ਼ੁਰੂ ਹੋ ਗਿਆ ਔਰ ਮੇਰੀ ਕੋਸ਼ਿਸ਼ ਹੈ ਕਿ ਇਸ ਅਗਿਆਨ ਨਜ਼ਰ ਅੰਦਾਜ਼ ਕੀਤੇ ਹੋਏ ਹਿਸਟੋਰੀਕਲ ਪੁਆਇੰਟ ਨੇ ਚਾਹੇ ਉਹ ਕਿਸੇ ਧਰਮ ਦੇ ਵੀ ਹੋਣ ਤੇ ਮੈਂ ਉੱਥੇ ਤੱਕ ਪਹੁੰਚਾਂਗਾ ਉਹਨਾਂ ਨੂੰ ਹਾਈਲਾਈਟ ਕਰਾਂਗਾ ਆਵਾਜ਼ ਚੁੱਕਣਾ ਸਾਡਾ ਕੰਮ ਹੈ ਪਾਕਿਸਤਾਨ ਦਾ ਹਰ ਸ਼ਹਿਰੀ ਜਿਹੜਾ ਆਜ਼ਾਦ ਹੈ ਇਸ ਕੰਮ ਵਾਸਤੇ ਕਿ ਆਪਣੀ ਆਵਾਜ਼ ਚੁੱਕੇ ਔਰ ਜਦੋਂ ਆਵਾਜ਼ ਚੁੱਕੀ ਜਾਂਦੀ ਹੈ ਤੇ ਕਹਿੰਦੇ ਨੇ ਕਿ ਆਵਾਜ਼ ਜਿਹੜੀ ਹੈ ਖਾਲੀ ਨਹੀਂ ਜਾਂਦੀ ਕਿਤੇ ਨਾ ਕਿਤੇ ਜਾ ਕੇ ਉਹ ਦੁਆ ਅਰਦਾਸ ਔਰ ਦੁਆ ਜਿਹੜੀ ਹੈ ਉਹ ਪੂਰੀ ਜ਼ਰੂਰ ਹੁੰਦੀ ਹੈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਸੀ ਕਿ ਹੈ ਕੋਈ ਦੁਨੀਆ ਦੇ ਵਿੱਚ ਮੈਂ ਆਵਾਜ਼ ਦਿੰਦਾ ਹੁੰਦਾ ਸੀ ਮੈਂ ਅੱਜ ਤੁਹਾਨੂੰ ਰਿਪੀਟ ਕਰਕੇ ਦੱਸਣਾ ਮੈਂ ਕਦੀ ਰਿਪੀਟ ਨਹੀਂ ਕੀਤੀ ਮੈਂ ਕਹਿੰਦਾ ਹੁੰਦਾ ਸੀ ਹੈ ਕੋਈ ਦੁਨੀਆ ਦੇ ਵਿੱਚ ਗੁਰੂ ਘਰ ਆਵਾਜ਼ਾਂ ਦੇ ਦੇ ਕੇ ਕਹਿੰਦੇ ਨੇ ਕਿ ਸਾਨੂੰ ਕੋਈ ਰੀਸਟੋਰ ਕਰਨ ਵਾਲਾ ਹੋਵੇ ਸਾਨੂੰ ਦੁਬਾਰਾ ਤੋਂ ਦੇਖਰੇਖ ਕਰਨ ਵਾਲਾ ਹੋਵੇ ਸਾਨੂੰ ਦੁਬਾਰਾ ਤੋਂ ਸੇਵਾ ਸੰਭਾਲ ਕਰਨ ਵਾਲਾ ਹੋਵੇ ਤੇ ਮੈਂ ਕਵਾਂਗਾ ਕਿ ਸੰਗਤ ਦੇ ਸੰਯੋਗ ਦੇ ਨਾਲ ਪਾਕਿਸਤਾਨ ਸੀਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਤਾਬਨ ਦੇ ਨਾਲ ਔਰ ਈਵਾਕੂਟਰੀਸ ਪ੍ਰੋਪਰਟੀ ਬੋਰਡ ਦੇ ਤਾਬਨ ਦੇ ਨਾਲ ਔਰ ਨਾਲ ਦੀ ਨਾਲ ਹੀ ਸਾਡੀ ਜਿਹੜੀ ਆਰਗੇਨਾਈਜੇਸ਼ਨ ਐਂਡ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਰਣਜੀਤ ਨਗਾਰਾ ਦੇ ਤਾਬਨ ਦੇ ਨਾਲ ਉਹ ਖੁਆਬ ਪੂਰੇ ਹੋਣ ਲਈ ਜਾ ਰਹੇ ਨੇ ਉਹ ਦੁਆਵਾਂ ਅਰਦਾਸਾਂ ਪੂਰੀਆਂ ਹੋਣ ਜਾ ਰਹੀਆਂ ਨੇ ਤੁਹਾਡੇ ਸਭ ਤੋਂ ਸਿਰਫ ਇੱਕ ਹੀ ਰਿਕਵੈਸਟ ਹੈ ਕਿ ਪਲੀਜ਼ ਜਿਹੜਾ ਆਪਣਾ ਹੱਥ ਜਿਹੜਾ ਹੈ ਕਾਰ ਸੇਵਾ ਦੇ ਵਿੱਚ ਰਣਜੀਤ ਨਗਾਰਾ ਨਾਲ ਵੰਡਾਓ ਤਾਂ ਕਿ ਆਪਾਂ ਮਜ਼ੀਦ ਸੇਵਾ ਜਿਹੜੀਆਂ ਨੇ ਇਹ ਹਲੇ ਤਾਂ ਸ਼ੁਰੂਆਤ ਹੈ ਅੱਗੇ-ਅੱਗੇ ਦੇਖੋ ਅਸੀਂ ਕੀ ਕਰਦੇ ਆ ਰਬ ਰਾਖਾ ਫੇਰ ਹਾਜ਼ਰ ਹੁੰਨੇ ਆ ਕਿਸੇ ਹੋਰ ਸੈਗਮੈਂਟ ਦੇ ਨਾਲ